ਯਾਰ ਦਿਮਾਗ 'ਚ ਨਹੀਂ ਪੈਣ ਡਿਆ ਕੁਛ। ਕੱਲ੍ਹ ਪੇਪਰ ਹੈਗਾ, ਇਹਨੂੰ ਚੰਦਰ ਨੂੰ ਪੁੱਛਾਂ ਭਲਾ ਇਹ ਕਰਨ ਡਿਆ। ਹੈਲੋ ਹਾਂ ਚੰਦਨ, ਕੀ ਹਾਲ ਹੀ, ਕੀ ਕਰਨ ਡਿਆ? ਉਹ ਭਰਾਵਾ, ਕਰਨਾ ਕਰਾਉਣਾ ਕੀ ਆ, ਕੱਲ ਪੇਪਰ ਆ ਤੇ ਯਾਦ ਕੁਛ ਹੋਣ ਨਹੀਂ ਰਿਹਾ। ਮੈਂ ਤਾਂ ਧੁੱਪ ਦੇ ਨਜ਼ਾਰੇ ਲੈ ਆਉਂਦਾ। ਉਹ ਯਾਰ ਮੈਨੂੰ ਆਪ ਨਹੀਂ ਯਾਦ ਹੋਣ ਡਿਆ ਕੱਲ ਐਗਜ਼ਾਮ ਹੈਗਾ, ਕੀ ਕਰੀਏ ਹੁਣ? ਉਹ ਭਰਾਵਾ, ਹੁਣ ਤੇ ਇੱਕੋ ਤਰੀਕਾ ਰਹਿ ਗਿਆ ਕੱਲ ਦੇ ਐਗਜ਼ਾਮ 'ਚ ਪਾਸ ਹੋਣ ਦਾ, ਤੇ ਉਹ ਆ ਗਰੁੱਪ ਸਟੱਡੀ। ਤੂੰ ਰੈਡੀ ਰਹਿ, ਬਸ ਮੈਂ ਆ ਗਿਆ। ਹਾਂ ਚੱਲ ਠੀਕ ਹੈ ਠੀਕ ਹੈ, ਆ ਜਾ ਜਲਦੀ ਆ ਜਾ ਫਿਰ, ਹਣੀ ਨੂੰ ਵੀ ਕਹਿ ਦਾਂ। ਹੈਲੋ, ਕੀ ਹਾਲ ਚਾਲ ਆ? ਹਾਂ ਹਣੀ, ਕਿੱਦਾਂ ਫਿਰ ਪੇਪਰ ਦੀ ਤਿਆਰੀ? ਉਹ ਯਾਰ ਮੈਂ ਨਹੀਂ ਤਿਆਰੀ ਤੁਰੀ ਕੀਤੀ ਕੱਲ੍ਹ ਤੱਕ ਪੇਪਰ ਦੀ, ਮੈਨੂੰ ਲੱਗਦਾ ਫੇਲ ਹੀ ਹੋ ਜਾਣਾ। ਹੁਣ ਤਾਂ ਇੱਕੋ ਤਰੀਕਾ ਰਹਿ ਗਿਆ, ਬਸ ਗਰੁੱਪ ਸਟੱਡੀ ਕਰਦੇ ਹਾਂ ਮਿਲ ਕੇ। ਆ ਜਾ ਆ ਜਾ, ਹਾਂ ਜਲਦੀ ਆ ਜਾ, ਚੰਦਨ ਵੀ ਆਉਣ ਲੱਗਾ, ਆ ਜਾ ਜਲਦੀ ਆ, ਭੱਜ ਜਾ। ਹਾਂ ਯਾਰ ਗਰੁੱਪ ਸਟੱਡੀ ਠੀਕ ਠਾਕ, ਮੈਂ ਆ ਗਿਆ ਆ ਗਿਆ ਆ ਗਿਆ। ਹਾਂ ਵੀ ਕਰੀਏ ਫਿਰ ਗਰੁੱਪ ਸਟੱਡੀ। ਆਹੋ ਚਲੋ, ਤੂੰ ਕੀ ਪੜਿਆ? ਮੈਂ ਅਕਬਰ ਤੇ ਸ਼ਾਹਜਹਾਂ ਪੜਦਾ ਇੱਕ। ਅੱਛਾ, ਤੂੰ? ਮੈਂ ਕੁਤਬ ਮਿਨਾਰ ਚਾਹਤਾ। ਬਸ ਆਹ ਵੇਖੀ ਸਹੀ, ਮੈਂ ਵੀ ਸਾਰੇ ਮਕਬਰੇ ਜਿਹੜੇ ਨਾ। ਚੱਲ ਹੁਣ ਆਪਣੀ ਆਪਣੀ ਪਰਚੀਆਂ ਨੂੰ ਲਿਖਾ ਲਓ। ਗਰੁੱਪ ਸਟੱਡੀ ਦਾ ਇਹੀ ਫਾਇਦਾ, ਔਰ ਟੀਪੂ ਸੁਲਤਾਨ ਜੇਬ 'ਚ ਪਾ ਲਾਂ ਮੈਂ, ਇਹ ਤਾਂ ਆਉਣਾ ਹੀ ਆਉਣਾ। ਤੂੰ ਵਾਲਾਂ 'ਚ ਲਿਖਾ ਲੈ, ਤੂੰ ਵਾਲਾਂ 'ਚ ਲਿਖਾ ਲੈ ਦੋ ਪਰਚੀਆਂ, ਵਾਲਾਂ ਦਾ ਫਾਇਦਾ ਹੀ ਆ। ਰਿਪੋਰਟ ਆ, ਚਲੋ ਚਲੋ ਚੱਲੀਏ ਚੱਲੀਏ, ਐਗਜ਼ਾਮ ਦਾ ਟਾਈਮ ਹੋ ਗਿਆ, ਚਲੋ ਉੱਠੋ ਉੱਠੋ।